ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ। ਵੇਖੋ ਕਿਵੇਂ ਬੱਸ ਪਲਟ ਗਈ ਖੇਤਾਂ ਦੇ ਵਿੱਚ, ਬੱਸ ਦਾ ਸ਼ੀਸ਼ਾ ਤੋੜ ਕੇ ਬਾਹਰ ਆਈਆਂ ਸਵਾਰੀਆਂ। ਦੱਸਦੇ ਕਿ ਧੁੰਦ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਦੇ ਵਿੱਚ ਮਿੰਨੀ ਬੱਸ ਖੇਤਾਂ ਦੇ ਵਿੱਚ ਡਿੱਗ ਪਈ ਹੈ ਅਤੇ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ, ਜਦਕਿ ਬੱਸ ਦਾ ਕਾਫ਼ੀ ਨੁਕਸਾਨ ਹੋ ਗਿਆ ਅਤੇ ਸਵਾਰੀਆਂ ਬੱਸ ਦਾ ਸ਼ੀਸ਼ਾ ਤੋੜ ਕੇ ਬਾਹਰ ਨਿਕਲੀਆਂ ਨੇ। ਹਾਦਸਾ ਸਵੇਰ ਦੇ ਸਮੇਂ ਹੋਇਆ ਸੀ, ਜਿਸ ਸਮੇਂ ਧੁੰਦ ਪੈ ਰਹੀ ਸੀ, ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ, ਜਿਸ ਦੇ ਵਿੱਚ ਸਵਾਰੀਆਂ ਬੱਸ ਦਾ ਸ਼ੀਸ਼ਾ ਤੋੜ ਕੇ ਬਾਹਰ ਆਉਂਦੀਆਂ ਨੇ। ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਪਿੰਡ ਵੈਰੋਕਾ ਅਤੇ ਕਾਠਗੜ੍ਹ ਦੇ ਵਿਚਾਲੇ ਲਿੰਕ ਰੋਡ 'ਤੇ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਹਾਦਸੇ ਦੇ ਵਿੱਚ ਦੋ ਸਕੂਲੀ ਬੱਚਿਆਂ ਦੇ ਮਾਮੂਲੀ ਸੱਟਾਂ ਲੱਗਦੀਆਂ ਨੇ, ਪਰ ਗਨੀਮਤ ਰਹਿੰਦੀ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਪਿਕਅਪ ਗੱਡੀ ਸਾਹਮਣੇ ਤੋਂ ਆ ਰਹੀ ਸੀ ਅਤੇ ਗੱਡੀ ਦੀਆਂ ਲਾਈਟਾਂ ਨਹੀਂ ਚੱਲ ਰਹੀਆਂ ਸੀ ਅਤੇ ਕਾਫ਼ੀ ਸਪੀਡ ਹੋਣ ਦੇ ਚੱਲਦੇ ਜਦੋਂ ਬੱਸ ਦੇ ਨਜ਼ਦੀਕ ਆਈ ਤਾਂ ਬੱਸ ਦੇ ਡਰਾਈਵਰ ਨੇ ਐਕਸੀਡੈਂਟ ਤੋਂ ਬਚਾਉਣ ਲਈ ਬੱਸ ਨੂੰ ਥੱਲੇ ਉਤਾਰ ਦਿੱਤਾ ਅਤੇ ਬੱਸ ਖੇਤਾਂ ਦੇ ਵਿੱਚ ਜਾ ਕੇ ਪਲਟ ਜਾਂਦੀ ਹੈ ਅਤੇ ਹਾਦਸਾ ਸਵੇਰ ਵੇਲੇ ਦਾ ਦੱਸਿਆ ਜਾ ਰਿਹਾ, ਜਿਸ ਤੋਂ ਬਾਅਦ ਮੌਕੇ 'ਤੇ ਚੀਕ ਚਿਹਾੜਾ ਮੱਚ ਜਾਂਦਾ ਅਤੇ ਦੱਸਿਆ ਜਾ ਰਿਹਾ ਕਿ ਬੱਸ ਦੇ ਵਿੱਚ 30 ਤੋਂ 35 ਸਕੂਲੀ ਬੱਚੇ ਮੌਜੂਦ ਸੀ, ਜਿਸ ਦੇ ਵਿੱਚ ਇੱਕ ਲੜਕੀ ਦੇ ਸੱਟਾਂ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਦੇ ਕਿ ਇਸ ਰੋਡ 'ਤੇ ਚੱਲਦੀਆਂ ਮਿੰਨੀ ਬੱਸਾਂ ਕਾਫ਼ੀ ਪੁਰਾਣੀਆਂ ਨੇ। ਫਿਲਹਾਲ ਹਾਦਸੇ ਤੋਂ ਬਾਅਦ ਬੱਸ ਦੇ ਵਿੱਚ ਸਵਾਰ ਇੱਕ ਨਿਹੰਗ ਸਿੰਘ ਵੱਲੋਂ ਬੱਸ ਦਾ ਸ਼ੀਸ਼ਾ ਤੋੜਿਆ ਗਿਆ, ਸਵਾਰੀਆਂ ਅਤੇ ਸਕੂਲੀ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਹਾਦਸਾ ਕਿਉਂ ਅਤੇ ਕਿਸ ਕਾਰਨ ਵਾਪਰਿਆ ਇਸ ਸੰਬੰਧੀ ਪੁਲਿਸ ਜਾਂਚ ਕਰ ਰਹੀ ਹੈ। ਹਾਦਸਾ ਜੀ, ਬੱਸ ਜਿਹੜੀ ਹੈ ਆਪਣੇ ਉਸ ਮਾਹ ਤੋਂ ਲੈ ਕੇ ਅਰਨੀ ਮਾਰਦੀ ਆਈ ਹੈ ਅਤੇ ਅੱਗੋਂ ਪਿਕਅਪ ਗੱਡੀ ਆ ਰਹੀ ਸੀ ਜੋ ਕਿ ਕਿੰਨੂ ਤੋੜਨ ਜਾਂਦੇ ਨੇ, ਕਾਠਗੜ੍ਹ ਦੀ ਗੱਡੀ ਹੈ ਅਤੇ ਉਹ ਮਤਲਬ ਵੀ ਉਹਨੂੰ ਬਚਾਉਣ ਕਰਨ ਉਹ ਵਿੱਚ ਵੱਜ ਹੀ ਗਈ ਹੈ, ਉਹਨੂੰ ਬਚਾਉਣ ਕਰਨ ਬੱਸ ਸਾਈਡ ਦਿੱਤੀ ਅਤੇ ਬੱਸ ਜਿਹੜੀ ਪਲਟ ਗਈ ਅਤੇ ਉਹ ਜਿਹੜਾ ਪਿਕਅਪ ਗੱਡੀ ਵਾਲਾ ਸੀ ਰੁਕਿਆ ਹੀ ਨਹੀਂ, ਮਤਲਬ ਭਜਾਲ ਗਿਆ। ਉਹਦਾ ਫਰਜ਼ ਬਣਦਾ ਸੀ ਰੁਕਣਾ ਅਤੇ ਮਤਲਬ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ, ਉਹਦੇ ਵਿੱਚ ਕਥੌੜਾ ਜਾਂ ਜੈਕ ਜਾਂ ਕੋਈ ਚੀਜ਼ ਵੀ ਹੋਣੀ ਚਾਹੀਦੀ ਹੈ ਕਿ ਜਿਹਦੇ ਨਾਲ ਬਾਰੀ ਅੱਗੋਂ ਸ਼ੀਸ਼ਾ ਤੋੜ ਕੇ ਸਵਾਰੀ ਨੂੰ ਨਿਕਾਲਿਆ ਜਾਂਦਾ। ਸਵਾਰੀਆਂ ਜੀ ਵਿੱਚ ਇੱਕ ਸਿੰਘ ਸੀਗੇ ਜਿਹਨੇ ਵਿੱਚ ਲੱਤ ਮਾਰੀ ਅਤੇ ਲੱਤ ਮਾਰ ਕੇ ਅਤੇ ਸ਼ੀਸ਼ਾ ਅਗਲਾ ਤੋੜ ਕੇ ਅਤੇ ਉੱਥੋਂ ਸਵਾਰੀਆਂ ਸਾਰੀਆਂ ਕੱਢੀਆਂ ਬਾਹਰ। ਉਹ ਟੋਟਲ ਬੱਚੇ ਸਕੂਲ ਦੇ ਜ਼ਿਆਦੇ, ਇੱਕ ਕੁੜੀ ਦੀ ਮੋਢਾ ਪਾਲੀ ਵਾਲੇ ਤੋਂ ਅਤੇ ਇੱਕ ਕੁੜੀ ਨੂੰ ਹੋਰ ਨੂੰ ਸੱਟ ਲੱਗੀ ਹੈ, ਉਹ ਦੱਸਦੇ ਪਏ ਨੇ ਪਤਾ ਨਹੀਂ ਵੀ ਉਹ ਕਿੱਥੇ ਵੱਜੀ ਹੈ, ਕੋਈ ਨੁਕਸਾਨ ਨਹੀਂ ਹੋਇਆ। ਹਾਂ ਅਤੇ ਖਰੋਚਾਂ ਨੇ ਮਾੜੀਆਂ ਮੋਟੀਆਂ, ਬਰਮਾ ਹੀ ਆਏ ਨਹੀਂ ਜੀ, ਬਰਮਾ ਵੀ ਆਏ ਨਹੀਂ ਗੀ, ਕੋਈ ਸੜਕ ਦਾ ਕਸੂਰਵਾਰ ਹੈ ਜਿਹੜੇ ਇੱਕ ਜ਼ਿਮੀਂਦਾਰ ਵੱਢੀ ਜਾ ਰਹੇ ਨੇ ਅਤੇ ਦੂਜਾ ਜੀ ਪਿਕਅਪ ਗੱਡੀ ਵੱਲ ਦਾ ਕਸੂਰ ਹੈ ਜਿਹਦੀਆਂ ਲਾਈਟਾਂ ਨਹੀਂ ਜਗੀਆਂ ਸੀ, ਬਿਨਾਂ ਲਾਈਟਾਂ ਤੋਂ ਆ ਰਿਹਾ ਸੀ ਅਤੇ ਜਿਸ ਕਾਰਨ ਮਤਲਬ ਵੀ ਆ ਕੇ ਸਿੱਧਾ ਵਿੱਚ ਮੁੜ ਤਾਂ ਕਲੀਅਰ ਦਿਸ ਜਾਣਾ ਸੀਗਾ ਜੀ, ਕਈ ਕਾਰਨ ਬਣ ਗਏ, ਵੱਡਾ ਕਾਰਨ ਜੀ ਸੜਕ ਦਾ ਅਤੇ ਉਹਦੀਆਂ ਲਾਈਟਾਂ ਦਾ, ਨਹੀਂ ਤਾਂ ਵਾਕਿਆ ਨਹੀਂ ਵਾਪਰਦਾ ਸੀ। ਸਰ ਇਹ ਗੱਡੀ ਆ ਰਹੀ ਸੀਗੀ ਅੱਗੋਂ ਪਿਕਅਪ, ਉਹਦੀਆਂ ਲਾਈਟਾਂ ਸੀਗੀਆਂ ਬੰਦ ਅਤੇ ਉਹਨਾਂ ਯੱਕਦਮ ਜਦੋਂ ਲਾਈਟਾਂ ਬੰਦ ਸੀ ਧੁੰਦ ਜ਼ਿਆਦਾ ਹੋਣ ਕਰਕੇ ਅਤੇ ਗੱਡੀ ਦਾ ਪਤਾ ਨਹੀਂ ਲੱਗਿਆ, ਲਿਆ ਕੇ ਵਿਚਾਲੇ ਠੱਲ ਸੀ ਆ ਜਮ੍ਹਾਂ ਟਾਇਰਾਂ ਦੇ ਨਿਸ਼ਾਨ ਇੱਥੇ ਜਾ ਕੇ ਚੱਲ ਰਹੇ ਹੁਣ। ਗੱਡੀ ਨੂੰ ਬਚਾਉਣ ਦੀ ਖਾਤਰ ਡਰਾਈਵਰ ਨੇ ਆਪਦੀ ਕੋਸ਼ਿਸ਼ ਕੀਤੀ ਹੈ ਜੇ ਬਚ ਸਕਦੀ, ਪਰ ਥਾਂ ਪੋਲਾ ਹੋਣ ਕਰਕੇ ਗੱਡੀ ਥੱਲੇ ਬਹਿ ਗਈ, ਨਹੀਂ ਹੋਇਆ ਸੱਟਾਂ ਨਹੀਂ ਲੱਗੀਆਂ ਕਿਸੇ ਦੇ ਵੀ, ਬਚ ਗਿਆ ਜਾਨੀ ਮਾਨੀ ਨੁਕਸਾਨ ਤੋਂ ਉਸਦਾ ਨੁਕਸਾਨ ਹੋਇਆ। ਵਾਲਾ ਨਹੀਂ ਰੁਕਿਆ ਜਿੰਨੇ ਨੂੰ ਅਸੀਂ ਸਵਾਰੀਆਂ ਕੱਢੀਆਂ ਨੇ, ਸ਼ੀਸ਼ਾ ਭੰਨ ਕੇ ਅੱਗੋਂ ਡਰਾਈਵਰ ਨੇ ਭੱਜਿਆ, ਜੋ ਮੈਂ ਪਿੱਛੋਂ ਆਇਆ ਸਵਾਰੀਆਂ ਸਾਰੀਆਂ ਨੂੰ ਲੈ ਕੇ ਉਹਨਾਂ ਨੂੰ ਪਿਕਅਪ ਵਾਲਾ ਚਲਾ ਗਿਆ। ਉਹ ਇੱਥੋਂ ਆ ਪਿੰਡ ਵਾਲੇ ਦੱਸੀ ਜਾਂਦੇ ਵੀ ਇੱਥੋਂ ਕਾਠਗੜ੍ਹ ਦਾ ਹੈਗਾ, ਬਾਕੀ ਹੁਣ ਸਾਨੂੰ ਤਾਂ ਇੰਨਾ ਨਹੀਂ ਪਤਾ, ਪਿੰਡ ਵਾਲੇ ਦੱਸੀ ਜਾਂਦੇ ਆ ਵੀ ਕਾਠਗੜ੍ਹ ਦਾ। ਸਾਡੇ ਜਿੰਨੇ ਨੂੰ ਅਸੀਂ ਬਾਹਰ ਨਿਕਲੇ ਹਾਂ, ਸਵਾਰੀਆਂ ਅਸੀਂ ਕੱਢੀਆਂ ਨੇ, ਜਿੰਨੇ ਵੀ ਬੱਚੇ ਸੀਗੇ ਬਾਹਰ ਕੱਢੇ, ਪਰ ਸਾਡੇ ਬਾਹਰ ਆਉਂਦਿਆਂ ਨੂੰ ਉਹ ਚਲਾ ਗਿਆ ਸੀ।